ਅੰਮ੍ਰਿਤਸਰ ਸ਼ਹਿਰ ਜਿਹੜਾ ਉਹਦੀ ਜਿਹੜੀ ਇੰਪੋਰਟੈਂਸ ਹੈ ਉਹ ਕਹਿ ਸਕਦੇ ਹਾਂ ਜੋ ਵੈਟੀਕਨ ਸਿਟੀ ਦੀ ਹੈ ਜਾਂ ਮੱਕੇ ਮਦੀਨੇ ਦੀ ਹੈ ਉਹੀ ਇੰਪੋਰਟੈਂਸ ਹਰ ਸਿੱਖ ਲਈ ਅੰਮ੍ਰਿਤਸਰ ਦੀ ਹੈ, ਪੰਜਾਬੀਆਂ ਲਈ ਵੀ ਅੰਮ੍ਰਿਤਸਰ ਦੀ ਇੰਪੋਰਟੈਂਸ ਹੈ। ਸੋ ਕੀ ਮੁੱਦੇ ਨੇ, ਕਿਉਂਕਿ ਹਰਮੀਤ ਅਕਸਰ ਜਦੋਂ ਕਵਰੇਜ ਕਰਦੇ ਆ ਬਹੁਤ ਸਾਰੀਆਂ ਸਨੈਚਿੰਗਸ ਦੀਆਂ, ਕ੍ਰਾਈਮ ਦੀਆਂ ਬਹੁਤ ਜ਼ਿਆਦਾ ਖਬਰਾਂ ਆ ਰਹੀਆਂ ਨੇ। ਅੰਮ੍ਰਿਤਸਰ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਹਿਸਟੋਰਿਕ ਟਾਊਨ ਹੈ, 1947 ਤੋਂ ਬਾਅਦ ਇੱਥੇ ਜਦੋਂ ਵੰਡ ਹੋਈ ਹੈ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਸ਼ਹਿਰ ਨੂੰ, ਕੀ ਤੁਹਾਡੀਆਂ ਜਿਹੜੀ ਸੋਚ ਹੈ ਇਸ ਸ਼ਹਿਰ ਨੂੰ ਲੈ ਕੇ ਔਰ ਕੀ ਮੁੱਦੇ ਨੇ? ਸਭ ਤੋਂ ਪਹਿਲੇ ਤੇ ਬਹੁਤ ਬਹੁਤ ਸ਼ੁਕਰੀਆ ਜਗਦੀਪ ਜੀ, ਕਿਉਂਕਿ ਅੱਜ ਅੰਮ੍ਰਿਤਸਰ ਦੀ ਆਵਾਜ਼ ਅਸੀਂ ਸਭ ਅੱਗੇ ਰੱਖ ਰਹੇ ਹਾਂ ਔਰ ਇਹ ਅਹਿਮ ਵੀ ਹੈ। ਜੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲੇ ਅੰਮ੍ਰਿਤਸਰ ਹੀ ਚੇਤੇ ਆਉਂਦਾ ਹੈ, ਗੁਰੂ ਨਗਰੀ ਹੀ ਚੇਤੇ ਆਉਂਦੀ ਹੈ। ਪਰ ਗੁਰੂ ਨਗਰੀ ਦਾ ਹਾਲ ਜਦੋਂ ਅਸੀਂ ਕਵਰ ਕਰਦੇ ਹਾਂ, ਗੁਰੂ ਨਗਰੀ ਦੀ ਤਸਵੀਰ ਸਾਹਮਣੇ ਲੈ ਕੇ ਆਉਂਦੇ ਹਾਂ, ਪਰ ਕਿਤੇ ਨਾ ਕਿਤੇ ਮਨ ਦੁਖਦਾ। ਜਦੋਂ ਬੀਤੇ ਕੁਝ ਸਮਾਂ ਪਹਿਲਾਂ ਮੈਂ ਸੈਕਸ ਰੈਕਟ ਤੇ ਇੱਕ ਸਟੋਰੀ ਕਵਰ ਕੀਤੀ ਸੀ, ਸਟਿੰਗ ਕਵਰ ਕੀਤਾ ਸੀਗਾ, ਮੈਨੂੰ ਇਹ ਹੈਰਾਨੀ ਹੋਈ ਬੱਸ ਅੱਡਾ ਜੋ ਬੜਾ ਮਸ਼ਹੂਰ ਹੈ, ਪੁਰਾਣਾ, ਜਿੱਥੇ ਕਿ ਬਾਕੀ ਸੂਬਿਆਂ ਤੋਂ ਬੱਸਾਂ ਰੁਕਦੀਆਂ ਨੇ, ਵੱਖ ਵੱਖ ਸ਼ਹਿਰਾਂ ਤੋਂ ਆ ਕੇ ਇੱਥੇ ਜਿਹੜੀਆਂ ਸਵਾਰੀਆਂ ਸੈਲਾਨੀ ਪਹੁੰਚਦੇ ਨੇ, ਪਰ ਉੱਥੇ ਦੇ ਮੰਦੇ ਹਾਲ ਨੇ ਕਿ ਆਵਾਜ਼ਾਂ ਮਾਰ ਮਾਰ ਕੇ ਜੋ ਪ੍ਰੋਸਟੀਟਿਊਟ ਨੇ ਉਹ ਸੱਦਦੇ ਨੇ, ਸੈਲਾਨੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਜਿਨ੍ਹਾਂ ਨੇ ਬੈਗ ਪਾਏ ਹੁੰਦੇ ਆ। ਸੋ ਆਸ ਪਾਸ ਪੁਲਿਸ ਵੀ ਖੜੀ ਹੁੰਦੀ ਹੈ, ਪਰ ਉਹਨਾਂ ਦਾ ਧਿਆਨ ਨਹੀਂ ਹੈ। ਸਟਿੰਗ ਓਪਰੇਸ਼ਨ ਦੌਰਾਨ ਜਦੋਂ ਅਸੀਂ ਗੱਲਬਾਤ ਕੀਤੀ ਸੀਗੀ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੋਈ ਗੱਲ ਨਹੀਂ, 57 ਪਾ ਦਿੰਦੇ ਆਪੇ ਠੀਕ ਹੋ ਜਾਣਗੇ, ਜਦਕਿ ਮੇਨ ਜੜ ਨਸ਼ੇ ਦੀ ਹੈ, ਨਸ਼ਾ ਜਿਸ ਕਰਕੇ ਉਹ ਇਸ ਗਲਤ ਕੰਮ ਵਿੱਚ ਪੈਂਦੇ ਆ, ਪਰ ਨੰਬਰਸ ਹੁਣ ਤੱਕ ਕੋਈ ਨਹੀਂ ਫੜ ਰਿਹਾ। ਦੂਜਾ ਜਿਹੜਾ ਮੁੱਦਾ, ਕੂੜੇ ਦਾ ਡੰਪ ਹਲਕਾ ਜਿਹੜਾ ਸਾਊਥ ਹੈ ਉਸ ਦਾ ਜਿਹੜਾ ਮੁੱਦਾ ਹੈ ਉਹ ਘੱਟੋ ਘੱਟ 15-20 ਸਾਲ ਪੁਰਾਣਾ, ਪਰ ਹੁਣ ਤੱਕ ਕਿਸੇ ਵੀ ਪਾਰਟੀ ਨੇ ਉਸ ਵੱਲ ਧਿਆਨ ਨਹੀਂ ਦਿੱਤਾ, ਕਿਉਂਕਿ ਉਸ ਕਰਕੇ ਕਈ ਬਿਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ। ਆਸ ਪਾਸ ਦੇ ਲੋਕ ਜਿਹੜੇ ਨੇ ਜੋ ਉਹ ਦਾਅਵਾ ਕਰਦੇ ਨੇ ਕਿ ਸਾਡੇ ਕੋਈ ਬਜ਼ੁਰਗ ਨਹੀਂ ਹੈਗਾ, ਸਾਡੇ ਕੋਈ 50 ਸਾਲ ਤੋਂ ਉੱਪਰ ਕੋਈ ਟੱਪਦਾ ਹੀ ਨਹੀਂ, ਉਸ ਤੋਂ ਪਹਿਲਾਂ ਹੀ ਜਿਹੜੀ ਮੌਤਾਂ ਹੋ ਜਾਂਦੀਆਂ ਨੇ, ਇਸ ਦਾ ਕਾਰਨ ਹੈ ਕਿ ਇਹ ਗੰਦਗੀ ਜਿਸ ਕਰਕੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ। ਸੋ ਅੰਮ੍ਰਿਤਸਰ ਲੋਅ ਐਂਡ ਆਰਡਰ ਦੀ ਗੱਲ ਕਰੀਏ ਤਾਂ ਬਿਲਕੁਲ ਕਿਤੇ ਨਾ ਕਿਤੇ ਉਸਨੂੰ ਢਾਹ ਲੱਗਦੀ ਨਜ਼ਰ ਆਉਂਦੀ ਹੈ। ਟ੍ਰੈਫਿਕ ਦਾ ਜਿਹੜਾ ਵੱਡਾ ਇੱਕ ਇਸ਼ੂ ਹੈ ਜਿਸ ਕਰਕੇ ਆਏ ਦਿਨ ਹਾਦਸੇ ਹੋਣੇ, ਦੂਸਰੇ ਪਾਸੇ ਆਟੋ ਰਿਕਸ਼ਾ ਦੀ ਜਾਂ ਥ੍ਰੀ ਵੀਲਰ ਦੀ ਪੂਰੀ ਜਿਹੜੀ ਕਹਿ ਦਈਏ ਕਿ ਗਿਣਤੀ ਨਹੀਂ ਹੈਗੀ ਕਿ ਕਿੰਨੇ ਨੇ ਜਾਂ ਕਿੰਨੇ ਅਲਾਓ ਕਰਨੇ ਚਾਹੀਦੇ ਨੇ, ਪ੍ਰਦੂਸ਼ਣ ਦਾ ਹਾਲ ਬਹੁਤ ਜ਼ਿਆਦਾ। ਸੋ ਇਹ ਗੁਰੂ ਨਗਰੀ ਦਾ ਹਾਲ ਜੇ ਉਮੀਦ ਕਰਦੇ ਹਾਂ ਜਲਦੀ ਠੀਕ ਹੋਵੇ। ਬਿਲਕੁਲ ਜੀ। ਸੋ ਮੁੱਦੇ ਹਰਮੀਤ ਨੇ ਦੱਸੇ ਔਰ ਜਵਾਬਦੇਹੀ ਆਮ ਆਦਮੀ ਪਾਰਟੀ ਦੀ, ਕਿਉਂਕਿ ਉਹਨਾਂ ਦੀ ਸਰਕਾਰ ਹੈ, ਨਹੀਂ ਤਾਂ ਉਹਨਾਂ ਤੋਂ ਜਵਾਬ ਲੈਂਦੇ ਹਾਂ ਕਿ ਆਖਿਰ ਜੋ ਸੈਕਸ ਰੈਕਟ ਦੀ ਖਬਰ ਕੀਤੀ ਜਾਂ ਕ੍ਰਾਈਮ ਦੀ ਖਬਰ, ਕਿਉਂਕਿ ਮੈਨੂੰ ਲੱਗਦਾ ਕਿ ਔਸਤਨ ਹਫ਼ਤੇ 'ਚ ਦੋ ਖਬਰਾਂ ਜਿਹੜੀਆਂ ਨੇ ਕੋਈ ਨਾ ਕੋਈ ਸਨੈਚਿੰਗ ਦੀਆਂ ਆਉਂਦੀਆਂ ਨੇ ਜਾਂ ਕ੍ਰਾਈਮ ਦੀਆਂ ਆਉਂਦੀਆਂ ਨੇ ਕਿ ਕੋਈ ਜਿਊਲਰ ਦੀ ਦੁਕਾਨ ਲੁੱਟ ਲਈ ਜਾਂ ਐਕਸਟੋਰਸ਼ਨ ਹੋ ਰਹੀ ਹੈ, ਸਰਕਾਰ ਕੀ ਕਰ ਰਹੀ ਹੈ? ਪੁੱਛੋ। ਦੇਖੋ, ਬਹੁਤ ਸਾਰੀ ਲੋਅ ਐਂਡ ਆਰਡਰ ਨਾਲ ਜੁੜੇ ਹੋਏ ਮੁੱਦੇ ਨੇ, ਉਹ ਨਾ ਸਿਰਫ ਅੰਮ੍ਰਿਤਸਰ ਚ ਨੇ, ਅਸੀਂ ਬਲਕਿ ਹਰ ਪੰਜਾਬ ਦੇ ਹਰ ਕੋਨੇ ਚ ਗਏ, ਉੱਥੇ ਜ਼ਰੂਰ ਇਸ ਨੂੰ ਲੈ ਕੇ ਮੁੱਦੇ ਜਿਹੜੇ ਚੁੱਕੇ ਜਾ ਰਹੇ ਨੇ। ਕੀ ਕਰ ਰਹੀ ਹੈ ਆਮ ਆਦਮੀ ਪਾਰਟੀ ਇੱਥੇ? ਹਾਲਾਂਕਿ 2.5 ਸਾਲ ਹੋ ਗਏ ਜਿੱਥੇ ਵੀ ਅਸੀਂ ਜਾ ਰਹੇ ਹਾਂ, ਕਹਿ ਰਹੇ ਹਾਂ 2.5 ਸਾਲ ਹਲੇ ਬਾਕੀ ਨੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲੇ ਮੈਂ ਡੇਲੀ ਪੋਸਟ ਦਾ ਬਹੁਤ ਧੰਨਵਾਦ ਕਰਦਾ ਕਿ ਅੱਜ ਰੂਬਰੂ ਕੀਤਾ ਸਾਰਿਆਂ ਨੂੰ, ਸਾਨੂੰ ਅੱਛੀ ਗੱਲ ਹੈਗੀ ਹੈ। ਪਾਰਟੀ 2 ਸਾਲ ਹੋ ਗਏ ਸਾਨੂੰ ਆਏ ਨੂੰ, ਠੀਕ ਹੈ। ਇਹ ਜਿਹੜੀਆਂ ਚੀਜ਼ਾਂ ਅੱਜ ਦੱਸ ਰਹੇ ਨੇ ਪ੍ਰੋਬਲਮਸ ਦੀਆਂ, ਕੋਈ ਨਸ਼ੇ ਦੀਆਂ ਨੇ, ਕੋਈ ਆਪਣਾ ਸਨੈਚਿੰਗ ਦੀਆਂ ਨੇ, ਕਿਸੇ ਵੀ ਤਰ੍ਹਾਂ ਦੀਆਂ, ਬਟ ਇਹ 2 ਸਾਲਾਂ 'ਚ ਤਾਂ ਨਹੀਂ ਹੋਈਆਂ, ਪਿਛਲੇ 70 ਸਾਲਾਂ ਤੋਂ ਚੱਲਦੀਆਂ ਆ ਰਹੀਆਂ। ਪਾਰਟੀ ਦੇ ਕੋਲ ਕੋਈ ਇਹੋ ਜਿਹੀ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਅਸੀਂ ਅੱਜ ਹੀ ਸ਼ੂ ਮੰਤਰ ਕੀਤਾ ਤੇ ਇਹ ਕੰਮ ਹੋ ਜਾਏਗਾ। ਕੰਮ ਕਰ ਰਹੇ ਹਾਂ, ਠੀਕ ਹੈ, ਲੋਕਾਂ ਨੂੰ ਪਤਾ ਹੈ, ਕੰਮ ਨਜ਼ਰ ਆ ਰਿਹਾ, ਕੰਮ ਕਰ ਰਹੇ ਹਾਂ।